ਹੁੰਦਾ, ਖੇਡਾਂ ਦੇ ਨਾਮ 'ਤੇ ਜਾਣਿਆ ਜਾਂਦਾ ਸੀਗਾ ਜੀ ਬਹੁਤ, ਜਾਣੀ ਰਾਜਸਥਾਨ ਹੋਰ ਬਹੁਤ ਦੂਰੋਂ ਦੂਰੋਂ ਅਗਲਾ ਕਹਿੰਦਾ ਜੀ ਧਨੌਲੀ ਖੇਡਾਂ ਲੈ ਕੇ ਆਵਾਂਗੇ ਜੀ। ਬੱਚੇ ਜੀ ਇਹ ਚੀਜ਼ਾਂ ਨੂੰ ਜੀ ਪਸੰਦ ਘੱਟ ਕਰਦੇ ਨੇ, ਮੋਬਾਈਲਾਂ ਕਹਿੰਦੀ ਵੱਧ ਪੈ ਗਏ ਜੀ ਅਤੇ ਰਿਮੋਟ ਵਾਲੀਆਂ ਕਾਰਾਂ ਕਹਿੰਦੀ ਵੱਧ ਪੈ ਗਏ ਜੀ, ਹੁਣ ਸਾਡੇ ਜੀ ਲੇਬਰ ਦਾ ਵੀ ਖਰਚਾ ਵੀ ਸਾਥੋਂ ਜੀ ਪੂਰਾ ਨਹੀਂ ਹੋ ਰਿਹਾ। ਪੰਜਾਬ ਦਾ ਕਸਬਾ ਧਨੌਲਾ ਕਦੇ ਲੱਕੜ ਦੇ ਖਿਡੌਣਿਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ 'ਤੇ ਸਥਿਤ ਧਨੌਲਾ ਦੀ ਸੜਕ ਉੱਪਰ ਦੋਵੇਂ ਪਾਸੇ ਖਿਡੌਣਿਆਂ ਦੀਆਂ ਦੁਕਾਨਾਂ ਕਿਸੇ ਸਮੇਂ ਖਿੱਚ ਦਾ ਕੇਂਦਰ ਰਹਿੰਦੀਆਂ ਸਨ, ਪਰ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਦੁਕਾਨਾਂ ਦੀਆਂ ਰੌਣਕਾਂ ਫਿੱਕੀਆਂ ਪੈਂਦੀਆਂ ਜਾ ਰਹੀਆਂ ਨੇ। ਖਿਡੌਣਿਆਂ ਦਾ ਕੰਮ ਕਰਨ ਵਾਲੇ ਧਨੌਲਾ ਦੇ ਕਈ ਮਿਸਤਰੀ ਇਹ ਕੰਮ ਛੱਡ ਚੁੱਕੇ ਨੇ ਅਤੇ ਕੁਝ ਮਿਸਤਰੀ ਘਾਟਾ ਪੈਣ ਕਾਰਨ ਨਿਰਾਸ਼ ਨੇ। ਮਿਸਤਰੀਆਂ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਬੱਚਿਆਂ ਦਾ ਰੁਝਾਨ ਆਧੁਨਿਕ ਚੀਜ਼ਾਂ ਵੱਲ ਵਧੇਰੇ ਹੋ ਗਿਆ, ਜਿਸ ਕਾਰਨ ਉਹਨਾਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਸਭ ਤੋਂ ਵੱਧ ਬੱਚੇ ਮੋਬਾਈਲ 'ਚ ਜ਼ਿਆਦਾ ਫੋਕਸ ਕਰਦੇ ਨੇ ਜੀ, ਗੇਮਾਂ ਖੇਡੀ ਜਾਂਦੇ ਨੇ ਗੇ। ਜੇ ਬੱਚਾ ਕੀ ਇਹਨਾਂ ਖੇਡੂ ਲੱਕੜ ਦੇ ਕੋਈ ਵੀ ਖਿਡੌਣੇ ਨਾਲ ਜੀ, ਉਹਦੀ ਮਤਲਬ ਹਰ ਇੱਕ ਚੀਜ਼ ਦੀ ਮੂਵਮੈਂਟ ਹੁੰਦੀ ਹੈ, ਯਾਨੀ ਕਿ ਇੱਕ ਤਰ੍ਹਾਂ ਦੀ ਐਕਸਰਸਾਈਜ਼ ਹੁੰਦੀ ਹੈ ਜੀ। ਜਿਹੜਾ ਅੱਜ ਕੱਲ੍ਹ ਕਾਰੋਬਾਰ ਹੈ ਜੀ ਇਹ ਬਹੁਤ ਠੱਪ ਹੋ ਰਿਹਾ ਜੀ, ਕਿਉਂਕਿ ਜੀ ਜਿਹੜੀ ਚਾਈਨਾ ਮੇਡ ਤਕਨੀਕ ਆ ਗਈ ਜੀ, ਰਿਮੋਟ ਵਾਲੀਆਂ ਕਾਰਾਂ ਆ ਗਈਆਂ ਜੀ, ਉਹਨਾਂ ਨੇ ਸਾਡਾ ਕੰਮ ਜੀ ਠੱਪ ਕਰਤਾ। ਬੱਚੇ ਜੀ ਇਹ ਚੀਜ਼ਾਂ ਨੂੰ ਜੀ ਪਸੰਦ ਘੱਟ ਕਰਦੇ ਨੇ। ਖਿਡੌਣਿਆਂ ਦੇ ਇਸ ਕਾਰੋਬਾਰ ਦੇ ਘਾਟੇ ਦੇ ਵਿੱਚ ਜਾਣ ਦਾ ਇੱਕ ਹੋਰ ਕਾਰਨ ਵੀ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਕਸਬਾ ਧਨੌਲਾ ਤੋਂ ਬਾਰ ਬਾਰ ਚੰਡੀਗੜ੍ਹ ਬਠਿੰਡਾ ਹਾਈਵੇ ਕੱਢ ਦਿੱਤਾ ਗਿਆ, ਜਿਸ ਸੜਕ ਤੋਂ ਲੋਕ ਚੰਡੀਗੜ੍ਹ ਜਾਂ ਬਠਿੰਡਾ ਵਰਗੇ ਸ਼ਹਿਰਾਂ ਦੇ ਲਈ ਧਨੌਲਾ ਰਾਹੀਂ ਲੰਘਦੇ ਸਨ, ਉਹ ਹੁਣ ਸ਼ਹਿਰ ਦੇ ਬਾਹਰ ਵਾਲੇ ਪਾਸੇ ਤੋਂ ਲੰਘ ਜਾਂਦੇ ਨੇ। ਅਸੀਂ ਕੰਮ 15 ਸਾਲ ਤੋਂ ਕੰਮ ਖੇਡਾਂ ਦਾ ਕਰਦੇ ਹਾਂ ਜੀ, ਖੇਡਾਂ ਦਾ ਕੰਮ ਬਹੁਤ ਵਧੀਆ ਚੱਲਦਾ ਸੀਗਾ ਹੋਰ ਜਦੋਂ ਪਹਿਲਾਂ, ਅਤੇ ਹੁਣ ਰੋਡ ਦੇ ਕਾਰਨ ਸਾਡਾ ਕੰਮ ਬਹੁਤ ਡਾਊਨ ਪੈ ਗਿਆ ਜੀ, ਅਤੇ ਪਹਿਲਾਂ ਕੋਈ 10 ਬੰਦੇ ਸੀ, ਹੁਣ 5 ਬੰਦੇ ਰਹਿ ਗਏ, ਹੋਰ 4। ਇੱਕ ਜੀ ਬਾਹਰ ਬਾਈਪਾਸ ਨਿਕਲ ਗਿਆ, ਲੋਕ ਬਾਈਪਾਸ ਲੰਘ ਜਾਂਦੇ ਨੇ ਜੀ, ਅੱਗੇ ਸਾਡੇ ਕੋਲੋਂ ਜੀ ਦਿੱਲੀ ਹਰਿਆਣਾ ਕੈਂਥਲਾਰਾ ਵਗੈਰਾ ਤੋਂ ਜੀ ਲੋਕ ਬਾਹਰੋਂ ਆ ਕੇ ਲੈ ਕੇ ਜਾਂਦੇ ਸੀ ਜੀ। ਬਹੁਤ ਅੱਗੇ ਜਾ ਸਕਦੀ ਸਰਕਾਰਾਂ ਜੇ ਇਹ 'ਤੇ ਜ਼ੋਰ ਲਾਉਂਦੀਆਂ, ਨਾਲੇ ਰੁਜ਼ਗਾਰ ਮਿਲਦਾ, ਫੈਕਟਰੀਆਂ ਬਣਦੀਆਂ, ਕਿੱਡਾ ਮਰਜ਼ੀ ਕੰਮ ਹੋ ਸਕਦੇ ਸੀ ਜੀ। ਧਨੌਲਾ ਖੇਡਾਂ ਦੇ ਨਾਮ 'ਤੇ ਜਾਣਿਆ ਜਾਂਦਾ ਸੀਗਾ ਜੀ ਬਹੁਤ, ਜਾਣੀ ਰਾਜਸਥਾਨ ਹੋਰ ਬਹੁਤ ਦੂਰੋਂ ਦੂਰੋਂ ਅਗਲਾ ਕਹਿੰਦਾ ਜੀ ਧਨੌਲੇ ਖੇਡਾਂ ਲੈ ਕੇ ਆਵਾਂਗੇ ਜੀ। ਨਾ ਸਾਨੂੰ ਸਰਕਾਰ ਇਹ ਕਹਿੰਦੀ ਵੀ ਤੁਸੀਂ ਲੋਨ ਲਓ, ਗਾਹਾਂ ਕੰਮ ਵਧਾਓ, ਨਾ ਸਾਡੇ ਤੱਕ ਕੋਈ ਟੈਕਸ ਵਾਲਾ ਪਹੁੰਚਦਾ, ਨਾ ਵਾਸਤਾ, ਨਾ ਸਾਨੂੰ ਇਹਨਾਂ 'ਚ ਪ੍ਰੋਫਿਟ ਪੂਰਾ ਹੋ ਰਿਹਾ। ਇਸੇ ਕਰਕੇ ਨਾ ਹੁਣ ਅਸੀਂ ਸੋਚਦੇ ਹਾਂ ਵੀ ਜੇ ਇਹਨੂੰ ਕੰਮ ਨੂੰ ਵਧਾਉਣਾ ਤਾਂ ਸਰਕਾਰ ਦੀ ਉਹ ਸਾਨੂੰ ਮਦਦ ਲੈਣੀ ਪਊਗੀ। ਇਸ ਇਲਾਕੇ ਦੇ ਵਿੱਚ ਲੱਕੜ ਦੇ ਖਿਡੌਣਿਆਂ ਦਾ ਕੰਮ ਕਰੀਬ 1965 ਦੇ ਵਿੱਚ ਸ਼ੁਰੂ ਕੀਤਾ ਗਿਆ। ਕਈ ਪਰਿਵਾਰ ਇਸ ਕੰਮ ਨੂੰ 3-3 ਪੀੜ੍ਹੀਆਂ ਤੋਂ ਕਰ ਰਹੇ ਨੇ, ਪਰ ਹੁਣ ਉਹਨਾਂ ਦਾ ਕਹਿਣਾ ਹੈ ਕਿ ਇਹ ਕੰਮ ਮੁਨਾਫੇ ਵਾਲਾ ਨਹੀਂ ਰਿਹਾ। ਸਾਡਾ ਜਾਣੀ 65-66 ਤੋਂ ਲੈ ਕੇ 75 ਤੱਕ ਬਹੁਤ ਵਧੀਆ ਕੰਮ ਚੱਲਦਾ ਰਿਹਾ, ਉਦੋਂ ਬਾਅਦ ਹੌਲੀ ਹੌਲੀ ਬੰਦਾ ਪੈਂਦਾ ਪੈ ਗਿਆ। ਹੁਣ ਚੱਲਦਾ ਜ਼ਰੂਰ ਹੈ ਪਰ ਉਨਾ ਨਹੀਂ ਚੱਲਦਾ, ਫੱਟੀ ਨਹੀਂ ਮਿਲਦੀ, ਰੰਗ ਮਹਿੰਗੇ ਹੋ ਗਏ, ਹੁਣ ਚੀਜ਼ ਮਹਿੰਗੀ ਹੋ ਗਈ, ਖੇਡ ਸਸਤੀ ਭਾਲਦੇ ਨੇ, ਇਸ ਕਰਕੇ ਸਾਡਾ ਕੰਮ ਡਾਊਨ ਹੋ ਗਿਆ ਬਹੁਤ ਜ਼ਿਆਦਾ। ਸਾਡੇ ਤਾਂ ਬਾਹਰਲੇ ਦੇਸ਼ ਦੇ ਵਿੱਚੋਂ ਵੀ ਮੇਰੇ ਕੋਲ ਆਉਂਦੇ ਹੁੰਦੇ, ਆ ਕੇ ਕਹਿਣਾ ਵੀ ਬਾਬੇ ਕੋਲ ਜਾਣਾ, ਜਦੋਂ ਚੜ੍ਹਾਈ ਸੀ ਨਾ 5-7 ਹਜ਼ਾਰ ਦਾ ਮਾਲ ਵਿਕਦਾ ਸੀ ਵਧੀਆ। ਪੰਛੀ ਪ੍ਰੇਮੀ ਸੰਦੀਪ ਸਿੰਘ ਇਸ ਕਾਰੋਬਾਰ ਨੂੰ ਹੁਲਾਰਾ ਦੇਣ ਦੇ ਲਈ ਪੰਛੀਆਂ ਦੇ ਲਈ ਲੱਕੜ ਦੇ ਆਲਣੇ ਬਣਵਾਉਂਦੇ ਨੇ। ਜਿਵੇਂ ਚਾਈਨਾ ਆਪਣੇ ਖਿਡੌਣਿਆਂ ਨੂੰ ਪ੍ਰਮੋਟ ਕਰ ਰਿਹਾ, ਆਪਣੀਆਂ ਸਰਕਾਰਾਂ ਨੂੰ ਚਾਹੀਦਾ ਵੀ ਆਪਾਂ ਖਿਡੌਣਿਆਂ ਨੂੰ ਪ੍ਰਮੋਟ ਕਰੀਏ ਤਾਂ ਜੋ ਆਪਣੇ ਖਿਡੌਣੇ ਵਿਦੇਸ਼ਾਂ ਦੇ ਵਿੱਚ ਜਾਣ। ਸਾਲ 2020 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਸਥਾਨਕ ਖਿਡੌਣਿਆਂ ਦੇ ਕਾਰੋਬਾਰ ਨੂੰ ਹੁਲਾਰਾ ਦੇਣ ਦੀ ਗੱਲ ਆਖੀ ਸੀ।
ਹਾਲਾਂਕਿ ਜਦੋਂ ਇਲਾਕੇ ਦੇ ਵਿੱਚ ਖਿਡੌਣਿਆਂ ਦੇ ਕੰਮ ਦੇ ਘਾਟੇ ਦੇ ਵਿੱਚ ਜਾਣ ਬਾਰੇ ਆਪ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮਿਸਤਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਦੇ ਵਿੱਚ ਲਿਆਉਣਗੇ ਅਤੇ ਪੰਜਾਬ ਸਰਕਾਰ ਸੂਬੇ ਦੀ ਖਿਡੌਣਾ ਇੰਡਸਟਰੀ ਦੇ ਲਈ ਬਣਦੇ ਯਤਨ ਕਰੇਗੀ।